ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣੇ ਚੈਨਲ 'ਤੇ ਸਵਾਗਤ ਕਰਦੀ ਹਾਂ ਐਂਡ ਅੱਜ ਜਿਹੜੀ ਮੈਂ ਵੀਡੀਓ ਬਣਾ ਰਹੀ ਹਾਂ ਇਹ ਵੀਡੀਓ ਹੈਗੀ ਹੈ ਮੇਰੀ ਤੁਹਾਡੇ ਜਿਹੜੇ ਮੈਂ ਰਿਸਪੌਂਸ ਦੇਣ ਲੱਗੀ ਹਾਂ ਤੁਹਾਡੇ ਕਮੈਂਟਸ ਤੇ ਤਾਂ ਸਭ ਤੋਂ ਪਹਿਲਾ ਕਮੈਂਟ ਜਿਹੜਾ ਹੈਗਾ ਉਹ ਦੁਬਈ ਦੀ ਜਿਹੜੀ ਮੈਂ ਵੀਡੀਓ ਬਣਾਈ ਸੀ ਦੁਬਈ ਦੇ ਫਾਲੋਅਰਸ ਨੇ ਜੋ ਮੈਨੂੰ ਸੁਣਦੇ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਹੈ ਅਮ ਨਾਮ ਤਾਂ ਨਾਲ ਲਿਖਿਆ ਫੰਕਸ਼ਨ ਤਾਂ ਫੰਕਸ਼ਨ ਵਾਲਿਆਂ ਨੂੰ ਮੈਂ ਰਿਪਲਾਈ ਕਰ ਰਹੀ ਹਾਂ ਕੁਡ ਯੂ ਪਲੀਜ਼ ਟੈਲ ਮੀ ਐਨੀ ਵੇ ਥੈਟ ਕੈਨ ਹੈਲਪ ਅਸ ਟੂ ਗੋ ਟੂ ਕੈਨੇਡਾ ਫਰਮ ਦੁਬਈ ਇਫ ਯੂ ਕੈਨ ਫਾਈਂਡ ਐਨੀ ਵੇ ਦੈਨ ਪਲੀਜ਼ ਲੈਟ ਮੀ ਲੈਟ ਅਸ ਨੋ ਯੈਸ ਯੂ ਕੈਨ ਮੂਵ ਫਰਮ ਐਨੀ ਵੇਅਰ ਟੂ ਕੈਨੇਡਾ ਦ ਥਿੰਗ ਇਜ਼ ਯੂ ਨੀਡ ਟੂ ਨੋ ਦ ਕੈਟਾਗਰੀ ਇਨ ਵਿਚ ਕੈਟਾਗਰੀ ਯੂ ਵਿਲ ਗੋ ਟੂ ਕੈਨੇਡਾ ਐਂਡ ਦ ਬੈਸਟ ਆਪਸ਼ਨ ਫਾਰ ਯੂ ਇਜ਼ ਟੂ ਮਾਈਗ੍ਰੇਟ ਕੈਨੇਡਾ ਇਮੀਗ੍ਰੇਸ਼ਨ ਹੋ ਕੇ ਜਾਓ and that is point based system there are many provinces in canada uh, in which the um, they need the citizens and nova scotia manitoba saskatchewan and other provinces also they need some type of categories in their country so if you are eligible in those categories you can move to canada but the thing is there are they are actually looking for the point-based system. That points are uh, your education points. If you are master and your spouse is masters, then you will get good points. And if you have five years and more experience, that will get you points. If your spouse or if you are alone, that you both of also get good points, and your age, if you are under 30 or under 35, that will fetch you good points, and your English level, the general ielts level if you have good points in that you will get good points and this is the actually safest way to go to canada and jode dooje mere viewer hage inanne ta likhe ADHD TG13 pata nahi ki inanne mai kawan inanne keha hello ji ji hello how are you doing and teesre jode hage gal karan da tarika bohot vadiya hai nice looking thank you so very much inada naam hage nik chhalla nik chhalla ਐਂਡ ਤੀਸਰੇ ਹੈਗੇ ਇਸਿਸ ਆਮ ਫਰਮ ਮਲੇਸ਼ੀਆ ਥੈਂਕ ਯੂ ਸੋ ਵੈਰੀ ਮਚ ਫॉर ਵਾਚਿੰਗ ਮਲੇਸ਼ੀਆ ਵਾਲਿਓ ਕਿਦਾਂ ਹੋ ਕੀ ਹਾਲ ਚਾਲ ਹੈ ਜਦੋਂ ਵੀ ਮਲੇਸ਼ੀਆ ਗੇੜਾ ਲੱਗਾ ਤਾਂ ਤੁਹਾਨੂੰ ਜ਼ਰੂਰ ਮਿਲਾਂਗੇ ਦੇਖਦੇ ਰਹੋ ਵੀਡੀਓ ਐਂਡ ਬਲਵੀਰ ਸੋਨੀ ਗੁੱਡ ਮੈਮ ਥੈਂਕ ਯੂ ਸੋ ਵੈਰੀ ਮਚ ਐਂਡ ਮੈਡਮ ਕੈਨੇਡਾ ਦੇ ਟੂਰਿਸਟ ਵੀਜ਼ੇ ਲਈ ਸਕੰਨਿਆ ਸਮ੍ਰਿਤੀ ਯੋਜਨਾ ਵਾਲਾ ਫੰਡ ਤੇ ਬੀਮਾ ਪਾਲਿਸੀ ਵੀ ਸ਼ੋ ਕਰ ਸਕਦੇ ਹਾਂ ਤੁਸੀਂ ਕਿਸੇ ਵੀ ਟਾਈਪ ਦਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਹਨਾਂ ਨੇ ਤੁਹਾਡੀ ਇਨਕਮ ਦੇਖਣੀ ਹੈ ਕਿ ਤੁਸੀਂ ਕਮਾਈ ਕਿੰਨੀ ਕਰਦੇ ਹੋ ਤੁਸੀਂ ਇੰਨੀ ਕਮਾਈ ਕਰਦੇ ਵੀ ਹੋ ਕਿ ਤੁਸੀਂ ਟਰੈਵਲ ਕਰ ਸਕਦੇ ਹੋ ਕਿਉਂਕਿ ਟੂ ਘੁੰਮਣਾ ਫਿਰਨਾ ਉਹੀ ਕਰਦੇ ਆ ਜਿਨ੍ਹਾਂ ਕੋਲ ਐਕਸੈਸ ਪੈਸਾ ਹੁੰਦਾ ਹੈ ਤਾਂ ਕਮਾਈ ਦਾ ਮਤਲਬ ਹੈ ਕਿ ਅਗਰ ਤਾਂ ਤੁਹਾਡੀ ਐਜੂਕੇਸ਼ਨ ਐਗਰੀਕਲਚਰ ਇਨਕਮ ਹੈ ਤਾਂ ਤੁਸੀਂ ਅਨਲਿमिटेड ਇਨਕਮ ਦਿਖਾ ਸਕਦੇ ਹੋ ਪਲਾਸ ਅਗਰ ਤੁਸੀਂ ਜੋ ਟੈਕਸ ਭਰਦੇ ਹੋ ਉਹੀ ਤੁਹਾਡੀ ਇਨਕਮ ਹੁੰਦੀ ਹੈ ਤਾਂ ਉਹੀ ਪ੍ਰੂਫ ਹੁੰਦਾ ਹੈ ਇਹ ਸਾਰੀ ਜੱਡੀਆਂ ਵੀ ਪਾਲਸੀ ਹੁੰਦੀਆਂ ਇਹ ਸੇਵਿੰਗਸ ਚ ਆਉਂਦੀਆਂ ਨੇ ਜਿਆਦਾ ਤੂੰ ਜਿਆਦਾ ਤੁਸੀਂ ਸਟੂਡੈਂਟ ਜਿਹਨਾਂ ਨੂੰ ਯੂਜ਼ ਕਰ ਸਕਦੇ ਹੋ ਉਹ ਵੀ ਇਹਨਾਂ ਦੀ ਸਰੈਂਡਰ ਮਾਰਕੀਟ ਵੈਲਿਊ ਕੀ ਅੱਜ ਇਹਦੀ ਸਰੈਂਡਰ ਮਾਰਕੀਟ ਵੈਲਿਊ ਕਿੱਦਾਂ ਹੁੰਦੀ ਹੈ ਉਹ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚੋਂ ਲੈ ਸਕਦੇ ਹੋ ਸਰਟੀਫਿਕੇਟ ਕਿ ਸਰੈਂਡਰ ਵੈਲਿਊ ਇੰਨੀ ਹੈ ਪਰ ਟੂਰਿਸਟ ਦੇ ਵਿੱਚ ਤਾਂ ਤੁਹਾਨੂੰ ਇਹ ਚੀਜ਼ਾਂ ਦਿਖਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਤੁਹਾਡੀ ਸੇਵਿੰਗ ਹੈਗੀ ਹੈ ਐਂਡ ਨੈਕਸਟ ਹੈਗਾ ਆਪਨੇ ਬਹੁਤ ਵਧੀਆ ਆਪ ਬਹੁਤ ਵਧੀਆ ਬੋਲਦੇ ਹੋ ਸੁਖੀ ਸਹੋਤਾ थैंक यू ਸੋ ਵੈਰੀ ਮਚ ਫॉर ਵਾਚਿੰਗ ਐਂਡ ਫॉर ਗੁੱਡ ਕੰਪਲੀਮੈਂਟ ਇੱਕ ਵੀਡੀਓ ਚ ਤੁਸੀਂ ਅਰਬ ਵਾਲਿਆਂ ਨੂੰ ਬਹੁਤ ਗਲਤ ਬੋਲਿਆ ਸੀ ਰੰਦਾਵਾ ਯੂਏਈ 10 ਸਾਲ ਹੋ ਗਏ ਦੁਬਈ ਸਾਰੇ ਵੀਰ ਖੁਸ਼ ਨਹੀਂ ਡਰਾਈਵਰ ਵੀਰ ਤੁਸੀਂ ਵੀਡੀਓ ਪਾਈ थैੰਕਸ ਪਰ ਤੁਸੀਂ ਇੱਕ ਵੀਡੀਓ ਵਿੱਚ ਗਲਤ ਬੋਲਿਆ ਨੋ 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 ਰੰਦਾਵਾ ਸਾਬ ਅਸੀਂ ਬਿਲਕੁਲ ਕਿਸੇ ਨੂੰ ਗਲਤ ਨਹੀਂ ਬੋਲਿਆ ਹਾਂ ਮੈਂ ਇੱਕ ਵੀਡੀਓ ਬਣਾਈ ਸੀ ਜੋ ਤੁਸੀਂ ਸਭ ਤੋਂ ਜ਼ਿਆਦਾ ਰਿਸਪੌਂਸ ਕੀਤਾ ਜਿਸ ਵੀਡੀਓ ਨੂੰ ਉਹ ਵੀਡੀਓ ਸੀ ਐਨ ਆਰ ਆਈ ਔਰਤਾਂ ਦੇ ਅਸ਼ਲੀਲ ਰਿਸ਼ਤੇ ਤਾਂ ਉਹ ਵੜੀ ਜਿਹੜੀ ਮੇਰੀ ਵੀਡੀਓ ਸੀ ਉਹ ਵੀਡੀਓ ਮੈਂ ਵਾਰਨਿੰਗ ਦਿੱਤੀ ਸੀ ਸਾਰੇ ਹੀ ਮੀਡੀਆ ਵਾਲਿਆਂ ਨੂੰ ਜੋ ਔਰਤਾਂ ਨੂੰ ਅਸ਼ਲੀਲ ਰਿਸ਼ਤੇ ਗੰਦੇ ਰਿਸ਼ਤੇ ਐਂਡ ਬੱਧ ਚੱਲਣ ਔਰਤ ਇਦਾਂ ਦੇ ਜੋ ਨਾਮ ਦਿੰਦੇ ਨੇ ਇਹ ਵੀਡੀਓ ਉਹਨਾਂ ਲਈ ਬਣਾਈ ਸੀ ਐਂਡ ਉਹ ਉਹ ਉਹਨਾਂ ਨੂੰ ਉਸੇ ਇੱਕ ਜੋ ਐਨ ਆਰ ਆਈ ਸੀਗੇ ਜਿਹੜੇ ਕੀ ਮਸਕਟ ਚ ਆਏ ਸੀ ਜਿਨ੍ਹਾਂ ਦੀ ਵਾਈਫ ਉਹਨਾਂ ਨੂੰ ਛੱਡ ਕੇ ਭੱਜ ਗਈ ਸੀ 17 ਸਾਲ ਦੀ ਮੈਰਿਜ ਸੀ ਐਂਡ 16 ਸਾਲਾਂ ਦਾ ਉਹਨਾਂ ਦਾ ਬੱਚਾ ਵੀ ਸੀ ਤਾਂ ਉਹ ਬੰਦੇ ਦੀ ਐਨ ਆਰ ਆਈ ਸੁਸਾਇਟੀ 'ਚ ਉਹਨਾਂ ਨੇ ਕੰਪਲੇਂਟ ਕੀਤੀ ਸੀ ਕਿ ਮੇਰੀ ਔਰਤ ਕੋਲੋਂ ਮੇਰਾ ਪੈਸਾ ਵਾਪਸ ਦਵਾਇਆ ਜਾਏ ਤਾਂ ਮੈਨੂੰ ਉਸ ਚੀਜ਼ ਦਾ ਗੁੱਸਾ ਸੀ ਕਿ ਤੇਰੀ ਜਨਾਨੀ ਭੱਜ ਗਈ ਐ ਤੂੰ ਪੈਸੇ ਨੂੰ ਰੋ ਰਿਹਾ ਐ ਤਾਂ ਤੂੰ ਜਾਣ ਕਿੱਦਾਂ ਦਿੱਤੀ ਉਹਨੂੰ ਕਿੱਦਾਂ ਕਿਸੇ ਦੀ ਹਿੰਮਤ ਹੋ ਸਕਦੀ ਹੈ ਕਿ ਚਲੀ ਜਾਏ ਇੰਨੇ ਰਿਲੇਸ਼ਨਸ਼ਿਪ ਮੈਰਿਡ ਹੋ ਕੇ ਬਿਨਾ ਡਿਵੋਰਸ ਦੇ ਕਿਦਾਂ ਜਾ ਸਕਦੀ ਹੈ ਐਂਡ ਤੁਸੀਂ ਪੈਸੇ ਮੰਗ ਰਹੇ ਹੋ ਤੁਸੀਂ ਆਪਣੀ ਜਨਾਨੀ ਕਿਉਂ ਨਹੀਂ ਵਾਪਸ ਮੰਗ ਰਹੇ ਤਾਂ ਮੇਰੀ ਉਹ ਇੱਕ ਗੁੱਸਾ ਸੀ ਉਹ ਸਾਰੇ ਲੋਕਾਂ ਦੇ ਜੋ ਬਾਹਰ ਨੇ ਐਂਡ ਜਿਨ੍ਹਾਂ ਦੀਆਂ ਜਨਾਨੀਆਂ ਪਿੱਛੇ ਨੇ ਤਾਂ ਉਹ ਫੋਨਾਂ ਦੇ ਉੱਤੇ ਵੀ ਪੈਸੇ ਦੀ ਗੱਲਬਾਤ ਕਰਦੇ ਹੋਣਗੇ ਉਹਨਾਂ ਨੂੰ ਪੈਸੇ ਦਾ ਇੰਪੋਰਟੈਂਸ ਹੋਏਗਾ ਜਨਾਨੀ ਦਾ ਨਹੀਂ ਤਾਂ ਮੈਂ ਇੱਕ ਔਰਤਾਂ ਐਂਡ ਇੱਕ ਸੋਸ਼ਲ ਵਰਕਰਾਂ ਤਾਂ ਮੈਨੂੰ ਉਸ ਚੀਜ਼ ਦਾ ਥੋੜਾ ਬੁਰਾ ਲੱਗਿਆ ਕਿ ਤੁਸੀਂ ਪੈਸੇ ਕਮਾਣ ਗਏ ਹੋ ਜਿ ਕੋਈ ਡਾਊਟ ਨਹੀਂ ਹੈ ਤੇ ਬੱਚੇ ਪਿੱਛੇ ਜਿਹੜੀ ਜਨਾਨੀ ਆ ਉਹਦੇ ਤੇ ਵੀ ਤੇ ਨਿਗਰਾਨੀ ਰੱਖਣਾ ਤੁਹਾਡਾ ਫਰਜ਼ ਹੈ ਤਾਂ ਇਹ ਤਾਂ ਕੇਸ ਇੱਕ ਸੀਗਾ ਜਿਹਦੇ ਵਿੱਚ ਮੈਂ ਇਹ ਗੱਲ ਬਿਲਕੁਲ ਹੀ ਨਹੀਂ ਕਹੀ ਮੈਂ ਇਹ ਗੱਲ ਕਹੀ ਸੀ ਕਿ ਜਿਹੜੇ ਯੂਏਈ ਵਾਲੇ ਅਰਬ ਕੰਟਰੀਜ਼ ਵਾਲੇ ਨੇ ਉਹਨਾਂ ਨੂੰ ਫੈਮਿਲੀ ਅਕਮੋਡੇਸ਼ਨ ਨਹੀਂ ਮਿਲਦੀ ਉਹਨਾਂ ਦੀ ਜਨਾਨੀਆਂ ਇਕੱਲੀਆਂ ਰਹਿੰਦੀਆਂ ਨੇ ਤਾਂ ਜਿਹੜੇ ਉਹਨਾਂ ਦੇ ਹੀ ਰਿਸ਼ਤੇਦਾਰ ਨੇ ਜਾਂ ਫਿਰ ਉਹਨਾਂ ਦੇ ਜੋ ਨਜਾਇਜ਼ ਰਿਸ਼ਤੇ ਬਣ ਜਾਂਦੇ ਨੇ ਉਹਨਾਂ ਨੂੰ ਤੁਸੀਂ YouTube 'ਚ ਪਾਉਂਦੇ ਹੋ ਤਾਂ ਉਹ ਵੀ ਗਲਤ ਹੈ ਮੈਂ ਉਸ ਚੀਜ਼ ਦੇ ਖਿਲਾਫ ਹਾਂ ਕਿ ਤੁਸੀਂ ਬਦਨਾਮੀ ਨਾ ਕਰੋ ਔਰਤ ਦੀ ਬਾਕੀ ਹੋਰ ਕਿਸੇ ਚੀਜ਼ ਦੇ ਮੈਂ ਖਿਲਾਫ ਨਹੀਂ ਹਾਂ ਨਾ ਮੈਂ ਪ੍ਰਾਵੋ ਤੁਹਾਡੇ ਖਿਲਾਫ ਹਾਂ ਕਿਉ ਕ੍ਰਿਸ਼ ਨੇ ਹਰ ਬੰਦਾ ਮਿਹਨਤ ਕਰਕੇ ਹੱਡ ਤੋੜ ਕੇ ਪੈਸੇ ਕਮਾਉਂਦਾ ਹੈ ਤਾਂ ਉਹਨਾਂ ਦੀ ਜਨਨੀਆਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਗਲਤ ਨਾ ਹੋਣ ਇਸ ਉਹਨਾਂ ਦੀ ਗੈਰ ਹਾਜ਼ਰੀ ਦਾ ਨਜਾਇਜ਼ ਫਾਇਦਾ ਨਾ ਉਠਾਉਣ ਐਂਡ ਜਿਹੜੇ ਰਿਸ਼ਤੇਦਾਰ ਦੋਸਤ ਨੇ ਉਹਨਾਂ ਦਾ ਵੀ ਇੱਕ ਫਰਜ਼ ਹੈ ਕਿ ਫਲਾਣੇ ਦੀ ਜਨਾਨੀ ਹੈ ਬਈ ਅਸੀਂ ਇਹਦਾ ਫਾਇਦਾ ਨਹੀਂ ਉਠਾਣਾ ਅਸੀਂ ਇਹਨਾਂ ਗਲਤ ਸਬੰਧ ਨਹੀਂ ਬਣਾਉਣਾ ਕੋਈ ਤੁਹਾਡੇ ਗਲਤ ਨਹੀਂ ਪੈ ਸਕਦੀ ਇਹ ਚੀਜ਼ ਮੈਂ ਦਰਸਾਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਆਪਣੀ ਆਪਣੀ ਸੋਚ ਹੈ ਜ਼ਿਆਦਾਤਰ ਲੋਕਾਂ ਨੇ ਉਸ ਚੀਜ਼ ਨੂੰ ਗਲਤ ਸਮਝਿਆ ਪਰ ਮੇਰਾ ਗੁੱਸਾ ਉਹੀ ਹੈ ਕਿ ਜਦ ਵਿਆਹੀ ਹੋਈ ਹੈ ਕਿਸੇ ਦੀ ਅਮਾਨਤ ਹੈ ਤਾਂ ਤੁਸੀਂ ਕਿਉਂ ਉਹਦਾ ਗਲਤ ਫਾਇਦਾ ਉਠਾਉਂਦੇ ਹੋ ਇੱਕ ਬੰਦਾ ਬਾਹਰ ਜਾ ਕੇ ਕੰਮ ਕਰ ਰਿਹਾ ਹੈ ਤਾਂ ਤੁਸੀਂ ਉਸ ਜਨਾਨੀ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਹ ਵੀ ਤਾਂ ਗਲਤ ਹੈ ਮੈਂ ਉਹ ਚੀਜ਼ ਕਹੀ ਹੈ ਕਿ ਇਸਤਮਾਲ ਕਰ ਰਹੇ ਨੇ ਇਦਾਂ ਦੇ ਰਿਸ਼ਤੇ ਬਣਾ ਰਹੇ ਨੇ ਤਾਂ ਉਹ ਚੀਜ਼ ਗਲਤ ਹੈ ਮੈਂ ਉਹਨੂੰ ਬਿਲਕੁਲ ਗਲਤ ਕਿਹਾ ਹੈ ਹਾਂਜੀ ਐਂਡ ਦੂਸਰੀ ਜਿਹੜੀ ਚੀਜ਼ ਹੈ ਹੋਰ ਕਿਹੜੇ ਸਤਿ ਸ੍ਰੀ ਅਕਾਲ ਜੀ ਮੈਂ ਆਮ ਲੀਵਿੰਗ ਇਨ ਅਬੂ ਧABI ਐਜ਼ ਅ ਟਰੱਕ ਡਰਾਈਵਰ ਸੁਖਦੇਵੋਲ ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਮਾਈ ਵੀਡੀਓਜ਼ ਐਂਡ ਸਾਸ੍ਰੀਕਾਲ ਹਸਦੇ ਰਹੋ ਵਸਦੇ ਰਹੋ ਐਂਡ ਕਾਮਯਾਬੀਆਂ ਤੁਸੀਂ ਮਾਣੋ मैडम ਹੁਣ ਤਾਂ ਵੈਦਰ ਆਫ ਦਾ ਬਹੁਤ ਫਰਕ ਪੈ ਗਿਆ ਬਹੁਤ ਪਹਿਲਾਂ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਹਾਂਜੀ ਮੈਂ ਜਦੋਂ ਗਈ ਸੀ ਉਹ ਜੂਨ ਸੀਗਾ ਬਹੁਤ ਜ਼ਿਆਦਾ ਗਰਮੀ ਸੀ ਐਂਡ ਮੈਂ ਬਰਦਾਸ਼ਤ ਨਹੀਂ ਕਰ ਪਾਈ ਇਟ ਵਾਸ ਰੀਅਲੀ ਹਾਰਰਬਲ ਵੈਦਰ ਬਹੁਤ ਵਧੀਆ ਲੱਗਦਾ ਜੀ ਥੈਂਕ ਯੂ ਸੋ ਵੈਰੀ ਮਚ ਆਮ ਲੀਵਿੰਗ ਇਨ ਦੋਹਾ ਕਤਰ ਜਗੀ ਗਿਲ ਜਗੀ ਜੀ ਸਾਸ੍ਰੀਕਾਲ ਐਦਾਂ ਹੀ ਮੇਰੇ ਵੀਡੀਓ ਦੇਖਦੇ ਰਹੋ ਐਂਡ ਮੈਂ ਐਦਾਂ ਹੀ ਤੁਹਾਨੂੰ ਰਿਸਪੌਂਸ ਦਿੰਦੀ ਰਹਾਂਗੀ ਵਿੱਚ ਵਿੱਚ ਆ ਕੇ ਹੱਸਦੇ ਰਹੋ ਵਜਦੇ ਰਹੋ ਜਵਾਨੀਆਂ ਮਾਣੋ ਐਂਡ ਕਾਮਯਾਬੀਆਂ ਮਾਣੋ ਐਂਡ ਸਹੀ ਗੱਲ ਹੈ ਜੀ ਤੁਸੀਂ ਗਲਫ ਤੋਂ ਨਹੀਂ ਜੀ ਮੈਂ ਓਕੇ ਤੁਸੀਂ ਗਲਫ ਤੋਂ ਹੋ ਓਕੇ ਜੀ ਕਾਮਯਾਬੀਆਂ ਮਾਣੋ ਅਮਰਜੀਤ ਪਿੰਡਰ ਸਿੰਘ ਜੀ ਨਾਨ ਨੇ ਇੱਕ ਤਾਂ ਗੁੱਸਾ ਜਤਾਇਆ ਐ ਐਨਆਰਆਈ ਵਾਲੀ ਵੀਡੀਓ ਤੇ ਉਹ ਤੁਸੀਂ ਬਹੁਤ ਮਿਸ ਅੰਡਰਸਟੂਡ ਕੀਤਾ ਉਸ ਵੀਡੀਓ ਨੂੰ ਮੇਰੀ ਉਹ ਵੀਡੀਓ ਨਹੀਂ ਸੀ ਮੈਂ ਵਾਰਨਿੰਗ ਦਿੱਤੀ ਐ ਮੀਡੀਆ ਵਾਲਿਆਂ ਨੂੰ ਕਿ ਤੁਸੀਂ ਗਾਲ੍ਹਾਂ ਨਹੀਂ ਕੱਢਣਾ ਜਨਾਨੀਆਂ ਦੇ ਗੰਦੇ ਰਿਸ਼ਤੇ ਅਸ਼ਲੀਲ ਰਿਸ਼ਤੇ ਅਸ਼ਲੀਲ ਔਰਤਾਂ ਨਹੀਂ ਬੋਲਣਾ ਕਿਉਂਕਿ ਮੇਰੇ ਕੋਲ ਇਦਾਂ ਦੇ ਬਹੁਤ ਸਾਰੇ ਕੇਸਸ ਨੇ ਜਿਨ੍ਹਾਂ ਦੇ ਵਿੱਚ ਰਿਸ਼ਤੇਦਾਰਾਂ ਨੇ ਹੀ ਐਨਆਰਆਈ ਨੇ ਜਨਾਨੀਆਂ ਨਾਲ ਮਿਸ ਬਿਹੇਵ ਕੀਤਾ ਜੋ ਰਿਸ਼ਤੇ ਬਣਾਏ ਨੇ ਐਂਡ ਉਹਦੇ ਬਾਅਦ ਵਿੱਚ ਬਹੁਤ ਪ੍ਰੋਬਲਮਾਂ ਹੋਈਆਂ ਨੇ ਐਦਾਂ ਹੀ ਮੈਂ ਕੁਝ ਨਹੀਂ ਬੋਲਦੀ ਤਾਂ ਮੈਡਮ ਜੀਤ ਜੀ ਇੱਕ ਵੀਡੀਓ 'ਚ ਤੁਸੀਂ ਅਰਬ ਵਾਲਿਆਂ ਬਹੁਤ ਮਾੜਾ ਕਿਹਾ ਸੀ ਨਹੀਂ ਜੀ ਮੈਂ ਬਿਲਕੁਲ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਤੁਸੀਂ ਵਾਈਫ ਨੂੰ ਬਿਲਕੁਲ ਠੀਕ ਕਿਹਾ ਸੀ ਤੁਸੀਂ ਯੂਓ ਵਾਲਿਆਂ ਦਾ ਕੰਮ ਮੈਡਮ ਡਰਾਈਵਰ ਨਾਲੋਂ ਲੇਬਰ ਦਾ ਕੰਮ ਔਖਾ ਹੈ ਹਾਂਜੀ ਬਿਲਕੁਲ ਔਖਾ ਹੈ ਪਰ ਮੈਂ ਵੀਡੀਓ ਬਣਾਈ ਸੀ ਟਰੱਕ ਡਰਾਈਵਰਾਂ ਤੇ ਕਿਉਂਕਿ ਮੈਂ ਜ਼ਿਆਦਾ ਟਰੱਕ ਡਰਾਈਵਰ ਹੀ ਉੱਥੇ ਦੇਖੇ ਸੀ ਟੈਕਸੀ ਡਰਾਈਵਰ ਐਂਡ ਡਰਾਈਵਰ ਹੀ ਦੇਖੇ ਸੀ ਤਾਂ ਮੈਂ ਬਣਾਤੀ ਇਹਨਾਂ ਤੇ ਬਾਕੀ ਜਿਹੜਾ ਤੁਸੀਂ ਲਿਖਿਆ ਹੈ ਕਿ ਆਪਰੇਟ ਆਪਰੇਟਰ ਮਸ਼ੀਨਾਂ ਦਾ ਕੰਮ ਬਹੁਤ ਬੜੀ ਕੰਮ ਹੁੰਦਾ ਹਾਂਜੀ ਬਿਲਕੁਲ ਹੁੰਦਾ ਹੋਏਗਾ ਜਿੱਦਾਂ ਤੁਸੀਂ ਇਹਦੇ ਤੇ ਲਿਖਿਆ ਹੈ ਤਾਂ ਇੰਨੀ ਗਰਮੀ ਦੇ ਵਿੱਚ ਉਹ ਡਿਗਿੰਗ ਕਰਕੇ ਲੋਡਿੰਗ ਕਰਕੇ ਕਰਦੇ ਨੇ ਤਾਂ ਰੀਅਲੀ ਰੀਅਲੀ ਹੈਟਸ ਆਫ ਟੂ ਯੂ ਆਲ ਜੋ ਤੁਸੀਂ ਇੰਨਾ ਹਾਰਡਵਰਕ ਕਰਦੇ ਹੋ ਪ੍ਰਮਾਤਮਾ ਤੁਹਾਡੀ ਕਮਾਈਆਂ ਚ ਤੁਹਾਡੀ ਜ਼ਿੰਦਗੀ ਚ ਕਾਮਯਾਬੀਆਂ ਪਾਏ ਬਰਕਤਾਂ ਪਾਏ ਐਂਡ ਸੌ ਸੌ ਫਿਟ ਜਿਹੜੀ ਗਹਿਰਾਈ ਦੇ ਵਿੱਚੋਂ ਮਸ਼ੀਨਾਂ ਚਲਾਉਂਦੇ ਨੇ ਰੀਅਲੀ ਰੀਅਲੀ ਉੱਥੇ ਤਾਂ ਹੋਰ ਵੀ ਜ਼ਿਆਦਾ ਪ੍ਰੋਬਲਮ ਹੁੰਦੀ ਹੋਏਗੀ ਪ੍ਰਮਾਤਮਾ ਤੁਹਾਨੂੰ ਕਾਮਯਾਬੀਆਂ ਦਵੇ ਤਾਂ ਇਹ ਜਿਹੜੀ ਹੈਗੀ ਹੈ ਮੇਰੀ ਯੂਏਈ ਵਾਲੀ ਵੀਡੀਓ ਦੇ ਛੜੇ ਦੁਬਈ ਵਾਲਿਆਂ ਨੇ ਦਿੱਤੇ ਨੇ ਉਹਨਾਂ ਨੂੰ ਨੂੰ ਲੱਗਦਾ ਹੈ ਕਿ ਹੌਲੀ-ਹੌਲੀ ਸਾਡੇ ਜਿਹੜੇ ਗਿਲੇ ਸ਼ਿਕਵੇ ਨੇ ਦੂਰ ਹੋ ਜਾਣਗੇ ਕਿਉਂਕਿ ਜਿੱਦਾਂ ਮੈਂ ਗੱਲ ਕਰਾਂਗੀ ਤਾਂ ਤੁਹਾਨੂੰ ਵੀ ਮੇਰੀ ਗੱਲ ਸਮਝ ਆਏਗੀ ਐਂਡ ਇਸ ਚੀਜ਼ ਦਾ ਤੁਸੀਂ ਵੀ ਖਿਆਲ ਰੱਖੋਗੇ ਕਿ ਮੈਂ ਗਲਤ ਨਹੀਂ ਬੋਲਦੀ ਕਿਸੇ ਨੂੰ ਵੀ ਐਂਡ ਬਾਕੀ ਜਿਹੜਾ ਜੀਮੀ ਫੁਲ ਰਿਪਲਾਈ ਕਰੀ ਹਾਂ ਮੇਰਾ ਜਿਹੜੀ ਵੀਡੀਓ ਹੈ ਰਿਪਲਾਈਂਗ ਟੂ ਕਮੈਂਟਸ ਵਰਕ ਵੀਜ਼ਾ ਵਾਲਿਆਂ ਦਾ ਕਮੈਂਟਸ ਵੀ ਇਹਨਾਂ ਦੇ ਵੀ ਥੋੜੇ ਜਿਹਾ ਜਵਾਬ ਦੇਣ ਵਾਲੇ ਨੇ Uh, sister, when I need help, will you contact me? Your proper YouTube visitor viewer. Thank you so very much for watching my videos. Hopefully, I will give you my contact number. But there are lakhs of people there watching my videos, and I don't have that much time to speak on phone. But yes, definitely, I will come online to speak to my viewers. Hi dear, thanks. My name is Aftar Singh, and I am working in Dubai, and I re I return in Canada uh, before I got. multiple okay i got multiple visa 2 years but now finish, finish ho gaya i want work permit in canada so please reply me what i do my whatsapp number ditta enne dubai da and uh, email da vi ditta de definitely main tonu no reply karangi ਤਾਂ ਤੁਸੀਂ ਮਲਟੀਪਲ ਵੀਜ਼ਾ 2 ਸਾਲ ਦਾ ਜੋ ਤੁਹਾਨੂੰ ਮਿਲਿਆ ਸੀ ਜੇ ਤੁਸੀਂ ਵਾਪਸ ਆ ਗਏ ਹੋ ਤਾਂ ਤੀਸਰੇ ਵੀਜ਼ੇ ਦੇ ਵੀ ਤੁਹਾਡੇ ਚਾਂਸਸ ਹੈਗੇ ਆ ਜੋ ਜੋ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਮਿਲੇਗਾ ਇਨ ਵਰਕ ਪਰਮਿਟ ਦੇ ਵਿੱਚ ਇੱਕ ਵੀਡੀਓ ਬਣਾਵਾਂਗੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਇਹ ਚੀਜ਼ ਐਂਡ ਸਿਸਟਰ ਆਪ ਵੈਰੀ ਗੁੱਡ ਹੋ ਅੱਜ ਕੱਲ ਕੋਈ ਵੀ ਨਹੀਂ ਜੋ ਤੁਹਾਡੇ ਵਰਗੇ ਹੋਵੇ ਗੋਡ ਬlesਸ ਯੂ ਸਿਸਟਰ ਮਲੇਸ਼ੀਆ ਵਾਲੇ ਸੇਮ ਕੋਰ ਸੇਮ ਗੋਰਸ ਸ੍ਰੀਕਾਲ ਗੋਡ ਬlesਸ ਐਂਡ ਕੀਪ ਔਨ ਵਾਚਿੰਗ ਮਾਈ ਵੀਡੀਓਜ਼ ਐਂਡ ਗਿਵ ਮੀ ਹਿੰਮਤ ਸੱਚੀ ਕਾਲ ਜੀ ਨਾਈਸ ਥਾਟ ਇਦਾਂ ਹੀ ਹੈਲਪ ਕਰਦੇ ਰਹੋ ਸੁਖਦੇਵ ਰੈਗੂਲਰ ਦੇਖ ਰਹੇ ਨੇ ਮੇਰੀ ਵੀਡੀਓ ਸੁਖਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਹਾਂਜੀ ਬਿਲਕੁਲ ਮੈਂ ਰਿਪਲਾਈ ਵੀ ਕਰਦੇ ਰਾਂਗੀ ਐਂਡ ਇਦਾਂ ਹੀ ਵੀਡੀਓ ਬਣਾਉਂਦੇ ਰਾਂਗੇ ਐਂਡ ਬਹੁਤ ਹੀ ਜਲਦੀ ਮੈਂ ਜਦੋਂ ਵੀ ਹੁਣ ਦੁਬਈ ਆਈ ਤਾਂ ਤੁਹਾਨੂੰ ਸਾਰਿਆਂ ਨੂੰ ਮਿਲਾਂਗੀ ਵੀ ਹਾਏ ਮੈਮ ਮੇਰੇ ਫਰੈਂਡ ਨੂੰ ਇੱਕ 에ਜੰਟ ਮਿਲੇ ਸੀ ਕੈਨੇਡਾ ਲਈ ਉਹ ਬੋਲਦੇ ਪੈਸੇ ਨਹੀਂ ਲੈਣੇ ਕੋਈ ਬਸ ਓਨਲੀ ਮੈਡੀਕਲ ਉਹਨਾਂ ਫਿਰ ਤੁਹਾਨੂੰ ਪੈਕਿੰਗ ਦੀ ਜੌਬ ਮਿਲ ਜਾਵੇਗੀ ਅੱਧ ਹੋ ਸਕਦਾ ਹੈ ਪਲੀਜ਼ ਦੱਸੋ ਹਾਂਜੀ ਮੈਂ ਇੱਕ ਵੀਡੀਓ ਬਣਾ ਰਹੀ ਹਾਂ ਤੁਹਾਡੇ ਇਹ ਸਾਰੇ ਡਾਊਟਸ ਲਈ ਤਾਂ ਤੁਸੀਂ ਦੇਖ ਲਿਓ ਕਿ ਕੀ ਪ੍ਰੋਸੈਸ ਹੁੰਦਾ ਹੈ ਪਰ ਫਸ ਨਾ ਜਾਇਓ ਪੈਸੇ ਧਨੋ ਨਾ ਦਿਓ ਕੋਈ ਵੀ ਇੰਨਾ ਸਿੱਧਾ ਨਹੀਂ ਹੁੰਦਾ ਕਿ ਸਿੱਧਾ ਮੈਡੀਕਲ ਕਰਾ ਕੇ ਜਿਹੜਾ ਤੁਹਾਨੂੰ ਚੜਾ ਦੇ ਕਿਉਂਕਿ ਲਮੋ ਲੈਣੀ ਪੈਂਦੀ ਹੈ ਉਹ ਕੌਣ ਪੈਸੇ ਭਰ ਰਿਹਾ ਹੈ ਉੱਥੇ ਤਾਂ ਹੈਲੋ ਮੈਮ ਆਮ fromj ਪੰਜਾਬ ਆਈ ਹੈਵ ਡਨ ਮਾਈ ਗ੍ਰੈਜੂਏਸ਼ਨ 2013 ਐਂਡ ਆਫਟਰ ਥੈਟ ਆਈ ਡਿਡ 1 ਇਅਰ ਇਨ ਵੈਲਡਰ ਸਟ੍ਰੀਮ ਨਾਉ ਆਈ ਹੈਵ 2 ਇਅਰਸ ਆਫ ਫੁੱਲ ਐਕਸਪੀਰੀਅੰਸ ਆਫ ਵੈਲਡਰ i got 6.5 scores in general iels can i go to suggest me something please that how can help canada work permit if you want to know mera but my profile pre fees whatsapp number ditta hai okay and saryane tourist visa layi gall karni aa canada ja uk layi mere kol passport hai panch visa lagge lag chuke hai toda uk da bade aaram nal ho jayega and canada di agar sponsor hai gi hai ta ho jayega tourist visa di guarantee nahi hai canada di par ha ਤੁਸੀਂ ਟਰਾਈ ਕਰ ਸਕਦੇ ਹੋ ਪਹਿਲਾਂ ਯੂਕੇ ਦਾ ਟਰਾਈ ਕਰ ਲਓ ਉਹਦੇ ਬਾਅਦ ਚ ਕੈਨੇਡਾ ਦਾ ਕਰ ਸਕਦੇ ਹੋ ਟਰਾਈ ਕਿਉਂਕਿ ਯੂਕੇ ਦਾ ਪਹਿਲਾ ਵੀਜ਼ਾ ਲਗਾਓ ਐਂਡ ਉਹਦੀ ਜਿਹੜੀ ਬਾਈ ਰੂਟ ਟਿਕਟ ਹੈ ਇਹ ਮੈਂ ਨੋਟ ਕਰਾਂਗੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੀ ਪ੍ਰੋਪਰ ਰਿਸਪਾਂਸ ਦਾਂਗੀ ਯੈਸ ਤੁਸੀਂ ਕਰ ਸਕਦੇ ਹੋ ਯੂਕੇ ਦਾ ਵੀਜ਼ਾ ਤੁਹਾਨੂੰ ਆਰਾਮ ਨਾਲ ਮਿਲ ਜਾਏਗਾ ਮੈਮ ਪਲੀਜ਼ 10 ਇਅਰ ਮਲਟੀਪਲ ਵੀਜ਼ਾ ਬਾਰੇ ਕੁਝ ਦੱਸੋ ਹਾਂਜੀ ਮੈਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਵੀਜ਼ੇ ਦੀ ਇਨਫੋਰਮੇਸ਼ਨ ਜ਼ਰੂਰ ਦਾਂਗੀ ਤਾਂ ਮੇਰੀ ਨੈਕਸਟ ਵੀਡੀਓ ਦੇਖਦੇ ਰਹੋ ਮੈਮ ਆਪਕਾ ਕੰਟੈਕਟ दे सकते हो कांटेक्ट तो दे सक सकती हूँ लवप्रीत कौर जी पर मैं इतने सारे लोगों से बात कैसे करूँगी मैं एक ही हूँ मैम स्टिचिंग वर्क ले बाहर जाना है तो हाँ जी स्टिचिंग वर्क लिए बाहर जा सकते हो अगर तुम तो कोई स्पॉन्सर करता है या तो विजिट तो कोई मंगवा ले तो फिर वे बाद वीजा उसे कन्वर्ट कर सकते हैं या तो लमो ले लन थोड़ा हो सकता है हाई मैम वैन आई नीड हेल्प यू प्लीज़ प्रोवाइड मी कॉन्टैक्ट नंबर प्लीज़ आ कुल एंड डीप and i will give you my mail id okay hi ma'am thanks kuldeep thank you so very much ma'am uh, lmo len leni hoye karan acha ta ki karna hoyega lmo da ek process hunda hai jide layi jede utthe jede ton sponsor karde ne onan nu dikhana penda hai ki onan nu jodi load hai bande di and onan nu ye vi prove karna penda hai ki banda india ch hi kyun bulana chande ne utthe edi category kyun nahi mile ude layi inan nu pehle ਨਿਊਜ਼ਪੇਪਰਾਂ ਦੇ ਵਿੱਚ ਤਿੰਨ ਵਾਰ ਇਸ਼ਤਿਹਾਰ ਦੇਣਾ ਪੈਂਦਾ ਹੈ ਐਂਡ ਉਹਦੀ ਫਿਰ ਉਹਨਾਂ ਨੂੰ ਇਹ ਵੀ ਦੱਸਣੀ ਪੈਂਦੀ ਹੈ ਕਿ ਇਸ਼ਤਿਹਾਰ ਦੇਣ ਦੇ ਬਾਅਦ ਕਿੰਨੇ ਬੰਦੇ ਇੰਟਰਵਿਊ ਤੇ ਆਏ ਐ ਇਹਨਾਂ ਨੇ ਉਹਨਾਂ ਨੇ ਸਿਲੈਕਟ ਕਿਉਂ ਨਹੀਂ ਕੀਤਾ ਐਂਡ ਤੁਹਾਨੂੰ ਕਿਉਂ ਬੁਲਾਉਣਾ ਚਾਹੁੰਦੇ ਨੇ ਉਹਦੀ ਇੱਕ ਫੀਸ ਹੁੰਦੀ ਹੈ ਨੋ ਐਨਓਸੀ ਲੈਣੀ ਪੈਂਦੀ ਹੈ ਫਿਰ ਉਹਦੇ ਬਾਅਦ ਚਾ ਤੁਹਾਨੂੰ ਸਪான்ਸਰ ਕਰ ਸਕਦੇ ਹੈ ਅਗਰ ਉਹ ਮਿਲ ਜਾਏ ਤਾਂ ਓਕੇ ਥੈਂਕ ਯੂ ਥੈਂਕ ਯੂ ਆਲ ਐਂਡ ਮੈਨੂੰ ਇੱਕ ਮੇਰੇ ਬਹੁਤ ਹੀ ਰੈਗੂਲਰ व्यूअर ਨੇ ਜੋ ਮੇਰੇ ਹਰ ਵੀਡੀਓ ਦੇਖਦੇ ਨੇ ਅਜਮੇਰ ਸਿੰਘ ਉਹਨਾਂ ਨੇ ਪੁੱਛਿਆ ਹੈ ਕਿ ਉਹਨਾਂ ਦਾ ਬੇਟਾ ਪਲੱਸ 2 ਹੈ ਨਾਨ ਮੈਡੀਕਲ ਕੀਤੀ ਹੋਈ ਹੈ ਉਹਨੇ ਐਂਡ 56% ਮਾਰਕਸ ਨੇ ਐਂਡ 5.5 ਆਇਲਸ ਚਾਈ ਨੇ ਉਹਨਾਂ ਦੇ ਬੈਂਡ ਐਂਡ ਉਹ ਕੈਨੇਡਾ ਭੇਜਣਾ ਚੰਦੇ ਨੇਤਾ ਮੈਂ ਮੇਰੀ ਅਗਲੀ ਵੀਡੀਓ ਦੇਖਿਓ ਮੈਂ ਉਹਦੇ ਚ ਸਾਰੇ ਹੀ ਪੁਆਇੰਟ ਡਿਸਕਸ ਕਰਾਂਗੀ ਐਂਡ ਹੋ ਸਕਦਾ ਹੈ ਕਿ ਮੈਂ ਉਹ ਕੱਲ ਹੀ ਪਾਵਾਂ ਵੀਡੀਓ ਤਾਂ ਤੁਸੀਂ ਦੇਖਦੇ ਰਹੋ ਐਂਡ ਥੈਂਕ ਯੂ ਸੋ ਵੈਰੀ ਮਚ ਫॉर ਵਾਚਿੰਗ ਮੀ ਮੈਨੂੰ ਲੱਗਦਾ ਹੈ ਦੁਬਈ ਵਾਲੇ ਹੋਣ ਤੁਹਾਡੇ ਜਿਹੜੇ ਡਾਊਟ ਨੇ ਉਹ ਘੱਟ ਹੋ ਗਏ ਹੋਣਗੇ ਮੈਂ ਕਿਸੇ ਦੀ ਦੁਸ਼ਮਨੀ ਵਿੱਚ ਕਿਸੇ ਦੇ ਖਿਲਾਫ ਨਹੀਂ ਬੋਲਦੀ ਹਾਂ ਮੈਂ ਰੇਜ਼ ਕਰਦੀ ਹਾਂ ਉਹ ਇਸ਼ੂ ਜੋ ਮੈਨੂੰ ਖਰਾਬ ਲੱਗਦੇ ਨੇ ਐਂਡ ਜੋ ਬਹੁਤ ਜ਼ਰੂਰੀ ਨੇ ਰੇਜ਼ ਕਰਨੇ ਤਾਂ ਕਿ ਸੋਸਾਇਟੀ ਦੇ ਵਿੱਚ ਜੋ ਗਲਤ ਕੰਮ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਐਂਡ ਉਹਨਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਬਾਕੀ ਹੱਸਦੇ ਰਹੋ ਵਜਦੇ ਰਹੋ ਬੀ ਹੈਪੀ ਸਟੇ ਫਿਟ ਐਂਡ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ